ਮੇਰੀ ਦੁਕਾਨ ਆ ਰਾਮਲੋਹਾ ਕਰਿਆਨਾ ਸਟੋਰ, ਰਾਤੀ ਅੱਜ ਤਾਂ ਹਫ਼ਤਾ ਹੋ ਗਿਆ ਡੇਲੀ ਪਾਣੀ ਖਲੋਂਦਾ, ਔਰ ਅੱਧਾ ਅੱਧਾ ਫੁੱਟ ਪਾਣੀ ਆ ਪਾਣੀ ਖਲੋਂਦਾ, ਰਾਤੀ ਮੈਂ ਦੁਕਾਨ ਬੰਦ ਕੀਤੀ ਤਾਂ ਵੀ ਅੱਧਾ ਫੁੱਟ ਪਾਣੀ ਸੀ, ਔਰ ਗਾਹਕ ਦੀ ਕੋਈ ਸਮਝਾ ਨਿਰਾ ਬਿਮਾਰੀ ਦਾ ਘਰ ਆ, ਮਤਲਬ ਬੱਚੇ ਛੋਟੇ ਛੋਟੇ ਬੱਚੇ ਆਣੇ ਆ ਹਰ ਗਲੀ ਵਿੱਚ ਮਹੱਲੇ ਵਿੱਚ ਬੱਚੇ ਛੋਟੇ ਛੋਟੇ ਹੈਗੇ ਆ, ਇਹਨਾਂ ਦਾ ਬਿਮਾਰੀ ਦਾ ਘਰ ਆ, ਪਾਣੀ ਸਾਰਾ ਹੀ ਆਪਣੇ ਆਪਣਾ ਨੀਹਾਂ 'ਚ ਵੜ ਗਿਆ ਦਾ, ਮੇਰੀ ਦੁਕਾਨ ਦੀ ਨੀਹਾਂ 'ਚ ਵੜ ਗਿਆ ਦਾ, ਕਿੰਨਾ ਕਿੰਨਾ ਪਾਣੀ ਖੜਾ ਹੈਗਾ ਔਰ ਨੀਹਾਂ ਦੇ ਥੱਲੇ ਪਾਣੀ ਖੜਾ। ਸਾਡੇ ਮਹੱਲੇ 'ਚੋਂ ਨੀਅਰ ਅਬਾਊਟ ਮਹੀਨੇ ਤੋਂ ਸੀਵਰੇਜ ਜਿਹੜਾ ਬਲੋਕੇਜ ਹੈ, 4-5 ਦਿਨ ਤੋਂ ਰੋਜ਼ ਰਾਤ ਨੂੰ ਔਰ ਸਵੇਰੇ ਓਵਰਫਲੋ ਹੋ ਰਿਹਾ, ਕਮੇਟੀ ਘਰ ਵੀ ਕੰਪਲੇਂਟ ਪਾਤੀ ਹੈ, ਸਾਰਿਆਂ ਨੂੰ ਵੀ ਕਹਿ ਦਿੱਤਾ, ਇੱਥੇ ਕੋਈ ਵੀ ਜਿਹੜਾ ਆ ਸਫਾਈ ਕਰਮਚਾਰੀ ਨਹੀਂ ਆ ਰਿਹਾ ਔਰ ਕੋਈ ਵੀ ਸੁਣਾਈ ਨਹੀਂ ਹੋ ਰਹੀ। ਕੀ ਮੰਗ ਕਰ ਰਹੇ ਹੋ? ਸਾਡੀ ਮੰਗ ਇਹ ਹੈਗੀ ਸੀਵਰੇਜ ਜਿਹੜਾ ਪੂਰਾ ਕੀਤਾ ਜਾਏ, ਇਹ ਅੱਗੇ ਜਿਹੜੀ ਇਹ ਦੁਕਾਨ ਆਈ ਦੇਖੋ, ਘਰ ਦੇ ਬਾਹਰ ਦੁਕਾਨ ਹੈ ਇੱਕ, ਇਹ ਦੁਕਾਨ ਦੇ ਅੱਗੇ ਪੂਰੀ ਟੁੱਟੀ ਗਈ ਹੈ ਔਰ ਇਹ ਪਹਿਲਾਂ ਅੱਜ ਤੋਂ ਪਿਛਲੇ ਸਾਲ ਪਾਈਪ ਆਈ ਗਈ ਸੀ ਉੱਪਰ ਔਰ ਇਹ ਪਾਈਪ 'ਚ ਕਿਹਾ ਸੀ ਕਿ ਇਹਨੂੰ ਪੱਕਾ ਕਰਾ ਦਿੱਤਾ ਜਾਵੇ, ਉਹ ਕਰਾਇਆ ਨਹੀਂ ਹੈ, ਜ਼ਮੀਨ ਜਿਹੜੀ ਹੈ ਪੂਰੀ ਉਹ ਖੋਖਲੀ ਹੋ ਚੁੱਕੀ ਹੈ ਹਾਂਜੀ, ਔਰ ਜਿਸ ਵੇਲੇ ਵੀ ਦੇਖੋ ਬੱਚੇ ਜਾਂ ਕੋਈ ਵੀ ਆ ਬਿਮਾਰੀ, ਹਰ ਘਰ ਦੇ ਵਿੱਚ ਬਿਮਾਰੀ ਪਈ ਦੀ ਹੈ ਇਸ ਵੇਲੇ, ਔਰ ਸੀਵਰੇਜ ਦਾ ਕੋਈ ਵੀ ਆ ਕੇ ਬਲਾਕੇਜ ਨਹੀਂ ਕਰ ਨਿਕਾਲ ਰਿਹਾ, ਕਿਸੇ ਪਾਰਟੀ ਦਾ ਕੋਈ ਮਤਲਬ ਨਹੀਂ, ਜਿਹੜਾ ਮਰਜ਼ੀ ਆਇਆ ਅਸੀਂ ਤਾਂ ਮਹੱਲੇ ਦੇ MC ਨੂੰ ਕਹਿਣਾ, ਸਾਡਾ ਮੌਜੂਦਾ MC ਜਿਹੜਾ ਮਰਜ਼ੀ ਪਾਰਟੀ ਦਾ ਆਏ ਸਾਨੂੰ ਉਹਦਾ ਕੋਈ ਮਤਲਬ ਨਹੀਂ, ਜਿਹੜੀ ਵੀ ਮਹੱਲੇ ਨਿਵਾਸੀ ਉਹਨਾਂ ਦਾ ਤਾਂ ਸਫਾਈ ਦਾ ਹੀ ਕੰਮ ਜ਼ਰੂਰਤ ਹੈ, ਇਹ ਸਫਾਈ ਹੋਣੀ ਚਾਹੀਦੀ ਹੈ, ਪਾਣੀ ਸਾਫ਼ ਹੋਣਾ ਚਾਹੀਦਾ, ਨਾਲ ਬਿਲਕੁਲ ਪਾਣੀ ਹੈ ਇੱਥੇ, ਇਹ ਜਿਹੜਾ ਮੇਨ ਹੋਲ ਹੈ ਪੂਰਾ ਟੁੱਟੇ ਦਾ, ਇਹ ਸਾਲ ਤੋਂ ਉੱਪਰ ਟੁੱਟੇ ਦਾ, ਬਾਰ ਬਾਰ ਕਹਿ ਦਿੱਤਾ ਆ ਔਰ ਕੋਈ ਵੀ ਇਹਦੀ ਦੁਬਾਰਾ ਤੱਕ ਵੀ ਜਿਹੜੀਆਂ ਸਾਰੀਆਂ ਦਬੋ ਚੁੱਕੀ ਦੀਆਂ ਔਰ ਕੋਈ ਵੀ ਆ ਕੇ ਇਹਨੂੰ ਸੀਵਰੇਜ ਨੂੰ ਟੁੱਟਾ ਨਹੀਂ ਠੀਕ ਨਹੀਂ ਕਰਦਾ, ਜਿਹੜਾ ਮੇਨ ਸਾਡਾ ਇੱਥੇ ਪੰਗਾ।